ਰਾਜਾ ਬੜਿੰਗ ਹੋਰਾਂ ਨਾਲ ਗੱਲਬਾਤ ਕਰ ਲੈਂਦੇ। ਬੜਿੰਗ ਸਾਹਿਬ, ਗਿੱਦੜਬਾਹਾ ਚ ਹੋ ਕੀ ਰਿਹਾ? ਢਿੱਲੋਂ ਸਾਹਿਬ ਕਿਉਂ ਚਲੇ ਗਏ? ਸੱਜੀ ਬਾਹ ਮੰਨੀ ਜਾਂਦੀ ਸੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ, ਕਹਿੰਦੇ ਕਿ ਯਾਰੀ ਦੇ ਉੱਤੇ ਪਰਿਵਾਰਵਾਦ ਭਾਰੀ ਪੈ ਗਿਆ, ਭਰਾ ਭਾਰੀ ਪੈ ਗਿਆ। ਦੇਖੋ ਪੰਕਜ, ਗੱਲ ਇਹ ਹੈ ਕੌਣ ਕਿਸ ਵੇਲੇ ਕਿੱਧਰ ਚਲਾ ਜਾਵੇ। ਤਾਂ ਹੁਣ ਰਾਜਨੀਤਿਕ ਬੰਦਿਆਂ ਨੂੰ ਲੋਕ ਪੁੱਛਿਆ ਕਰਨਗੇ, ਬਈ ਤੂੰ ਕਿਹੜੀ ਪਾਰਟੀ ਚ ਆ? ਸੋ ਇਹਦਾ ਤਾਂ ਕੋਈ ਇੰਨੇ ਨੇ ਵੱਡੇ ਲੋਕ ਛੱਡ ਕੇ ਗਏ, ਸੋ ਉਹ ਵੀ ਉਸੇ ਤਰ੍ਹਾਂ ਛੱਡ ਕੇ ਗਏ। ਦੂਸਰੀ ਗੱਲ, ਜਿਹੜੇ ਹੁਣ ਹਾਲਾਤ ਹੈ ਅਕਾਲੀ ਦਲ ਦੇ, ਬਹੁਤ ਗਰਦਿਸ਼ ਚ ਹੈ, ਮਾੜੇ ਹਾਲਾਤ ਹੈ, ਸਟਾਰਸ ਨਾਟ ਇਨ ਫੇਵਰ ਆਫ ਸੁਖਬੀਰ ਬਾਦਲ, ਇਸ ਕਰਕੇ ਡਿੰਪੀ ਢਿੱਲੋਂ ਵੀ ਛੱਡ ਗਏ ਹੋਣੇ ਹੈ। ਸੋ ਸਾਨੂੰ ਤਾਂ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਹੈ। ਲੇਕਿਨ ਜਿਹੜੀ ਗੱਲ ਪਰਿਵਾਰਵਾਦ ਦੀ ਗੱਲ ਕਰਦੇ ਹੋ ਤੁਸੀਂ, ਉਹਦੇ ਨਾਲ ਮੈਂ ਸਹਿਮਤ ਨਹੀਂ ਹਾਂ ਕਿ 2019 ਚ ਢਿੱਲੋਂ ਸਾਹਿਬ ਕਹਿ ਰਹੇ ਨੇ ਆਪ ਕਿ 2019 ਦੇ ਵਿਚ ਮਨਪ੍ਰੀਤ ਬਾਦਲ ਦਾ ਹੀ ਇਨਵੋਲਵਮੈਂਟ ਸੀਗੀ, ਰਾਜਾ ਜਦੋਂ MP ਦੇ ਵਿਚ ਹੀ ਇਕੱਠੇ ਰਲ ਗਏ ਸੀ, ਜਦੋਂ ਮੈਂ ਚੋਣਾਵ ਲੜਿਆ ਸੀ। ਇਹ ਤਾਂ ਹੁਣ ਜੱਗ ਜ਼ਾਹਿਰ ਹੋ ਗਈ। ਫਿਰ ਉਸ ਤੋਂ ਬਾਅਦ ਸਿੰਗਲਾ ਸਾਹਿਬ ਨੇ ਇਹ ਗੱਲ ਕਹੀ ਕਿ ਇਹ ਰਲੇਵੇ ਹੈ ਜਿਹੜੇ ਅਸਤੀਫਾ ਦੇ ਗਏ ਸੀ ਬਠਿੰਡੇ ਵਾਲੇ ਸਰੂਪ ਸਿੰਗਲਾ ਜੀ, ਹੁਣ ਇਹਨਾਂ ਨੇ ਕਹੀ। ਇਹ ਤਾਂ ਮੈਂ ਹੀ ਕਹਿਤੇ ਸੀ 2022 ਚ ਜਦੋਂ ਦੇਖਿਆ ਹੋਣਾ, ਮੈਂ ਕਿਹਾ ਸਾਰੇ ਬਾਦਲ ਹਰਾ ਦਿਓ, ਇਹ ਰਲੇਵੇ ਹੈ। 2022 ਚ ਡਿੰਪੀ ਢਿੱਲੋਂ ਜੀ ਦੀ ਮਦਦ ਕੀਤੀ ਇਹਨਾਂ ਨੇ, ਮਨਪ੍ਰੀਤ ਬਾਦਲ ਨੇ, ਜਿੰਨੇ ਉਹਨਾਂ ਦੇ ਬੰਦੇ ਸੀ ਉਹ ਸਾਰੇ ਚੜਾਤੇ, ਉਹ ਸਾਰੇ ਗਿੱਦੜਬਾ ਜਾਣਦਾ ਇਹ ਗੱਲ। ਐਵਰੀ ਸਿੰਗਲ ਮੈਨ ਨੋਜ਼ ਕਿ ਇਹ ਘਟਨਾਕ੍ਰਮ ਜਿਹੜੀਆਂ ਵੀ ਡਿੰਪੀ ਢਿੱਲੋਂ ਜੀ ਨੂੰ, ਮੇਰਾ ਖਿਆਲ ਇਸ ਗੱਲ ਦਾ, ਜਿੰਨੇ ਉਹਨਾਂ ਦੇ ਬੰਦੇ ਸੀ ਉਹ ਸਾਰੇ ਇਹਨਾਂ ਨਾਲ ਚੜਾਤੇ। ਹੁਣ ਉਹ ਹੈਵੀ ਇੰਨੇ ਹੋ ਗਏ ਅਲਟੀਮੇਟਲੀ, ਉੱਥੇ ਉਹਨਾਂ ਨੂੰ ਬਠਿੰਡੇ ਜਗ੍ਹਾ ਨਹੀਂ ਥੇ ਆਈ, ਹੁਣ ਇੱਥੇ ਆ ਗਏ। ਹਾਂ, ਇਹ ਗੱਲ ਚ ਕੋਈ ਦੋ ਰਾਇ ਨਹੀਂ ਵੀ ਉਹ ਰਲੇ ਵੀ ਹੈ, ਬਟ ਇਹ ਵੈਲਿਡ ਰੀਜ਼ਨ ਨਹੀਂ ਹੈ ਪਾਰਟੀ ਛੱਡਣ ਦਾ ਜਾਂ ਕੋਈ, ਮੈਨੂੰ ਲੱਗਦਾ ਉਹਨਾਂ ਨੇ ਕਿਉਂ ਛੱਡੀ, ਬਟ ਉਹਨਾਂ ਦਾ ਆਪਦਾ ਹੱਕ ਹੈਗਾ, ਉਹ ਆਪਦਾ ਫੈਸਲਾ ਲੈਂਦਾ, ਮੈਨੂੰ ਤਾਂ ਇਸ ਗੱਲ ਤੇ ਕੋਈ ਇਤਰਾਜ਼ ਨਹੀਂ। ਪਰ ਮਨਪ੍ਰੀਤ ਬਾਦਲ ਤੇ ਸੁਖਬੀਰ ਬਾਦਲ ਇਕੱਠੇ, ਇਹ 2019 ਚ ਪਤਾ ਸੀ, 2022 ਚ ਉਹਨਾਂ ਨੇ ਉਹਨਾਂ ਦੀ ਮਦਦ ਕੀਤੀ, ਇਹ ਕਿਹੜਾ ਕੋਈ ਨਵੀਂ ਗੱਲ ਹੈ? ਮੈਂ ਤਾਂ ਹਮੇਸ਼ਾ ਕਹਿੰਦਾ ਸੀ ਉਹ ਇਕੱਠੇ। ਲੇਕਿਨ ਹੁਣ ਮਨਪ੍ਰੀਤ ਬਾਦਲ ਨੂੰ ਤੁਸੀਂ ਹਰਾਇਆ ਸੀ, ਗਿੱਦੜਬਾਹਾ ਦੇ ਬਾਦਸ਼ਾਹ ਤੁਸੀਂ ਸੀਗੇ ਪਿਛਲੇ 3 ਇਲੈਕਸ਼ਨ ਦੇ ਵਿਚ, ਤੁਸੀਂ ਲੁਧਿਆਣੇ ਚਲੇ ਗਏ, ਹੁਣ ਗਿੱਦੜਬਾਹਾ ਦਾ ਬਣੇਗਾ ਕੀ? ਪੰਕਜ, ਬਾਦਸ਼ਾਹ ਕੋਈ ਨੀ, ਨੋਬਡੀ ਇਜ਼ ਬਾਦਸ਼ਾਹ। ਜਨਤਾ ਜਿਹੜਾ ਬਾਦਸ਼ਾਹ ਬਣਨ ਦੀ ਕੋਸ਼ਿਸ਼ ਕਰਦਾ ਉਹਨੂੰ ਠੋਕ ਦਿੰਦੀ ਹੈ। ਐਕਚੁਅਲੀ ਕੀ ਹੈ ਕਿ ਇਹ ਜਿਹੜੀ ਸ਼ਰਾਰਤ ਜਾਂ ਇਹਦੀ ਮੁਹਿੰਮ ਸ਼ੁਰੂ ਕੀਤੀ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਬਹੁਤ ਵੱਡੀ ਬੈਕਫਾਇਰ। ਇਹ ਇੱਕ ਮੋਗੇ ਦਾ MLA ਹੁੰਦਾ ਸੀ ਮਿਸਟਰ ਜੈਨ, ਇਹ ਸਤਾ ਚ ਇੰਨੇ ਨਸ਼ੇ ਚ ਇੰਨਾ ਨਸ਼ਾ ਸੀ ਸੁਖਬੀਰ ਸਿੰਘ ਬਾਦਲ ਨੂੰ, ਦੂਜੀ ਵਾਰੀ ਸੁਖਬੀਰ ਸਿੰਘ ਬਾਦਲ ਸਰਕਾਰ ਰਿਪੀਟ ਕਰ ਗਏ, ਨਸ਼ਾ ਜੋਬਨ ਤੇ। ਲੋਕ ਕਹਿੰਦੇ ਕਿ ਮਾਸਟਰ ਮਾਈਂਡ ਲਾਈਕ ਸੁਖਬੀਰ ਬਾਦਲ ਕੋਈ ਹੈ ਹੀ ਨਹੀਂ ਹੈ, ਆ ਜਿਹੜੇ ਹੁਣ ਵਿਰੋਧ ਕਰ ਰਹੇ ਸਾਰੇ ਸੁਖਬੀਰ ਨਾਲ ਸੀ। ਸੁਖਬੀਰ ਸਿੰਘ ਬਾਦਲ ਨੇ ਕੀ ਕੀਤਾ ਕਿ ਉਹਨੇ ਆਖਿਆ ਸ਼ੈਤਾਨ ਦਿਮਾਗ ਚੱਲਿਆ, ਉਹਨਾਂ ਨੇ ਆਖਿਆ ਜੈਨ ਲੈ ਕੇ ਆਓ, ਪੈਵੀ ਲੈ ਕੇ ਆਓ, ਜਿੱਤੇ ਹੋਏ MLA ਨੂੰ ਲੈ ਕੇ ਜਾਣਾ ਸ਼ੁਰੂ ਕਰਤਾ। ਜਦੋਂ ਜਿੱਤੇ ਹੋਏ MLA ਨੂੰ ਲੈ ਕੇ ਜਾਣਾ ਸ਼ੁਰੂ ਕੀਤਾ, ਉਹ ਜਿੱਤ ਵੀ ਗਏ ਜਾ ਕੇ ਉਧਰ, ਉਹ ਸ਼ਾਰਟ ਟਰਮ ਤਾਂ ਫਾਇਦਾ ਹੋਇਆ, ਲੇਕਿਨ ਉਹਦਾ ਲੌਂਗ ਟਰਮ ਚ ਬਹੁਤ ਵੱਡਾ ਨੁਕਸਾਨ ਹੋ ਗਿਆ। ਅੱਜ ਹਾਲਾਤ ਵੇਖ ਲਓ ਅਕਾਲੀ ਦਲ ਦੇ ਕੀ ਹੈ, ਕਿਉਂਕਿ ਕੈਡਰ ਤੁਹਾਡਾ ਡਿਮੋਰਲਾਈਜ਼ ਹੋ ਜਾਂਦਾ ਜਿਹੜਾ ਉੱਥੇ ਹੈ। ਸੇਮ ਉਸੇ ਨਸ਼ੇ ਚ ਹੁਣ ਆਦਰਨੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ, ਇਹ 2.5 ਸਾਲ ਉੱਥੇ ਗਏ ਨੀ, ਹੁਣ ਇਸ ਗੱਲ ਚ ਤੁਸੀਂ ਪਹਿਲਾਂ ਚੱਬੇਵਾਲ ਲਿਆਂਦਾ, ਫਿਰ ਹੁਣ ਤੁਸੀਂ ਇੱਥੇ। ਕੈਡਰ ਕੀ ਸੀਗਾ ਕਿ ਬਦਲਾਵ ਹੈ, ਇਹ ਪਾਰਟੀ ਕਿੱਥੋਂ ਬਣੀ? ਇਹ ਪਾਰਟੀ ਬਣੀ ਕਾਂਗਰਸ ਔਰ ਅਕਾਲੀ ਦਲ ਚੋਂ, ਜਿਹੜੇ ਲੋਕ ਨਿਰਾਸ਼ ਸੀ ਉਹ ਚਲੇ ਗਏ। ਹੁਣ ਤੁਸੀਂ ਉਹ ਜਿਹੜੀ ਪਾਰਟੀ ਬਣੀ ਜਿਹੜੀ 43,000 ਜਾਂ 40,000 ਵੋਟ ਪਈ ਗਿੱਦੜਬਾਹਾ ਚ, ਉਹ ਇਹਨਾਂ ਦੋਵਾਂ ਪਾਰਟੀਆਂ ਦੇ ਖਿਲਾਫ ਪਈ। ਹੁਣ ਤੁਸੀਂ ਉਸੇ ਪਾਰਟੀ ਦੇ ਮੁਖੀ ਨੂੰ ਲਿਆ ਕੇ ਅੱਗੇ ਟਿਕਟ ਦਿੱਤੀ, ਜਾਂ ਦਿਓਗੇ ਜਾਂ ਦੇਣੇ, ਅੱਜ ਜੁਆਇਨ ਕਰਾ ਕੇ ਸਮੇਂ ਲੁਟਿੰਗ ਮਾਰਦੇ।
ਤੁਹਾਨੂੰ ਇਹ ਪਤਾ ਨੀ ਕਿ ਇਹ ਗਿੱਦੜਬਾ ਦੇ ਲੋਕ ਹੈ, ਇਹ ਇੱਦਾਂ ਬੈਕਫਾਇਰ ਕਰਦੇ। ਇਹਨਾਂ ਨੇ 1995 ਦਾ ਸਰਦਾਰ ਬੇਅੰਤ ਸਿੰਘ ਦਾ ਬਾਈ ਇਲੈਕਸ਼ਨ ਹਰਾਇਆ, ਇਹ ਇਸ ਗੱਲ ਤੇ ਤਾਂ ਬਹੁਤ ਹੀ ਖਫਾ ਹੁੰਦੇ ਹੈ। ਇਹਨਾਂ ਨੂੰ ਏਦਾਂ ਵਰਾਇਆ ਨਹੀਂ ਜਾ ਸਕਦਾ, ਕਿਉਂਕਿ ਇਹਨਾਂ ਨੇ ਬੜੀਆਂ ਤਾਕਤਾਂ ਵੇਖੀਆਂ। ਇਹਨਾਂ ਨੇ ਸਰਦਾਰ ਹਰਚਰਨ ਸਿੰਘ ਬਰਾੜ ਵੇਖਿਆ, ਮੁੱਖ ਮੰਤਰੀ ਉੱਥੇ ਲੜੇ ਚੁਣਾਵ। ਇਹਨਾਂ ਨੇ ਜਗਮੀਤ ਸਿੰਘ ਬਰਾੜ ਵੇਖਿਆ, ਉੱਥੇ ਚੁਣਾਵ ਲੜੇ। ਇਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੇਖੇ, ਉਹ ਗਿੱਦੜਬਾ ਚੁਣਾਵ ਲੜੇ। ਇਹਨਾਂ ਨੇ ਮਨਪ੍ਰੀਤ ਬਾਦਲ ਦੇਖੇ, ਇਹਨਾਂ ਨੇ ਰਾਜਾ ਵੜਿੰਗ ਵੇਖਿਆ। ਸੋ ਇਹ ਐਡਾ ਵੱਡਾ ਇੱਕ ਬੈਕਫਾਇਰ ਵੀ ਹੋ ਸਕਦਾ ਆਮ ਆਦਮੀ ਪਾਰਟੀ ਨੂੰ ਕਿ ਸਾਰੇ ਦਾ ਸਾਰਾ ਕੇਡਰ ਥੱਲੇ ਬਹਿ ਜੇ, ਜਿਹੜਾ ਆਮ ਬੰਦਾ ਸੀ, ਕਿਉਂਕਿ ਜਿਹੜੇ ਮੇਰੇ ਨਾਲ, ਕਿਉਂਕਿ ਇਹਨਾਂ ਲੋਕਾਂ ਨੇ ਹੁਣ ਪਿੰਡਾਂ ਦੇ ਵਿੱਚ ਡਿੰਪੀ ਢਿੱਲੋਂ ਜੀ ਦੇ ਜਿਹੜੇ ਬੰਦੇ ਉਹਨਾਂ ਨੇ ਡੋਮੀਨੇਟ ਕਰਨਾ, ਆਮ ਆਦਮੀ ਪਾਰਟੀ ਵਾਲਿਆਂ ਨੂੰ ਸਨੱਬ ਕਰਨਾ। ਜਿਹੜੇ ਉਹ ਬੰਦੇ ਸੀਗੇ ਉਹਨਾਂ ਨੇ ਸਰਪੰਚੀਆਂ ਲੜਨੀਆਂ, ਹੋ ਸਕਦਾ ਵੀ ਇਹਦਾ ਰਿਵੋਲਟ ਬਹੁਤ ਵੱਡਾ ਹੋ। ਗਿੱਦੜਬਾਹਾ ਚ ਮਨਪ੍ਰੀਤ ਬਾਦਲ ਬੀਜੇਪੀ ਤੋਂ ਲੜਨਗੇ, ਗਿੱਦੜਬਾਹਾ ਚ ਸੁਖਬੀਰ ਬਾਦਲ ਅਕਾਲੀ ਦਲ ਤੋਂ ਲੜਨਗੇ, ਕਿਉਂਕਿ ਤੁਹਾਡੇ ਨੈਟਵਰਕ ਹੈ ਉੱਥੇ, ਕੀ ਰਿਪੋਰਟ ਆ ਰਹੀ? ਯਾਰ ਮੈਨੂੰ ਪਤਾ ਨਹੀਂ ਹੈ ਵੀ ਕੌਣ ਕਿੱਥੋਂ ਲੜੂਗਾ, ਕਿਉਂਕਿ ਇਹਨਾਂ ਦਾ ਪਤਾ ਨਹੀਂ। ਬਾਦਲ ਸਾਹਿਬ ਪਹਿਲਾਂ ਇਕੱਠੇ ਹੈ, ਮੈਂ ਤਾਂ ਅੱਗੇ ਕਹਿਣਾ ਕਿ ਹੁਣ ਬਾਦਲਸ ਨੂੰ ਉਹਨਾਂ ਦੇ ਸੱਪ ਦੇ ਮੂੰਹ ਚ ਘੋੜ ਕਰਲੀ ਵਾਲੀ ਗੱਲ ਹੈ। ਇਧਰ ਵਨ ਵੇ ਕਰਨਾ, ਦੁਨੀਆਂ ਨੂੰ ਇਹ ਪਤਾ ਲੱਗ ਗਿਆ ਵੀ ਦੋਵੇਂ ਭਰਾ ਇਕੱਠੇ, ਇਹ ਗੱਲ ਜੱਗ ਜ਼ਾਹਿਰ ਹੈ। ਹੁਣ ਜਾਂ ਤਾਂ ਇਹ ਅਕਾਲੀ ਦਲ ਚ ਹੀ ਮਨਪ੍ਰੀਤ ਬਾਦਲ ਨੂੰ ਲਿਆਉਣ, ਤੇ ਜਾਂ ਫਿਰ ਇਹ ਸੀਟ ਛੱਡ ਦੇਣ ਵੀ ਮਨਪ੍ਰੀਤ ਲੜ ਰਹੇ, ਅਸੀਂ ਨਹੀਂ ਲੜਨੀ, ਕਿਉਂਕਿ ਲੋਕ ਸੱਚੀ ਸੁਣਨਾ ਗੱਲ ਪਸੰਦ ਕਰਦੇ ਆ। ਝੂਠੀ ਜਦੋਂ ਮਨਪ੍ਰੀਤ ਕਹਿ ਰਹੇ, ਕਹਿੰਦੇ ਮੈਂ ਬੀਜੇਪੀ ਜਾਂ ਬੀਜੇਪੀ ਜਾਂ, ਯਾਰ ਕਹਿਣ ਨੂੰ ਕੀ ਕਹਿਣਾ। ਉਹ ਪਹਿਲਾਂ ਕਹਿੰਦਾ ਸੀ ਮੇਰੇ ਖੂਨ ਤੇ ਹੁਣ ਇੱਕ ਤਿਰੰਗਾ ਜਾਊਗਾ, ਇੱਟ ਆ ਜਵਾਹਰ ਲਾਲ ਨਹਿਰੂ ਨੇ ਲਾਈ ਹੈ। ਉਹਦਾ ਕੀ ਹੈ ਯਾਰ, ਉਹ ਕੁਛ ਕਹਦੇ ਕਿ ਰਾਤ ਨੂੰ ਮੈਨੂੰ ਲੋਕੋ ਸਪਨਾ ਆਇਆ, ਹੀ ਕੈਨ ਸੇ ਐਨੀਥਿੰਗ, ਬਿਕੋਜ਼ ਉਸ ਬੰਦੇ ਨੂੰ ਗੱਲ ਕਰਨ ਦਾ ਤਾਂ ਇਦਾਂ ਦੀ ਗੱਲ ਸੰਸਨੀ ਤਾਂ ਕਰਦਾ ਨਾ। ਉਹਨੇ ਕਹਿਣਾ ਰਾਤ ਨੂੰ ਮੈਨੂੰ ਸਪਨਾ ਆਇਆ ਤੇ ਗਿੱਦੜਬਾ ਦੇ ਲੋਕ ਮੈਨੂੰ ਬੁਲਾ ਰਹੇ ਆ। 10 ਸਾਲ ਤਾਂ ਵੜਿਆ ਨਹੀਂ, 99 ਤੱਕ ਦੇ ਸੁਖਬੀਰ ਸਿੰਘ ਬਾਦਲ ਨਹੀਂ ਆਏ ਪਿੰਡਾਂ ਦੇ ਵਿੱਚ, ਹੁਣ ਆਏ ਹੈ। ਹੁਣ ਇਹ ਗੱਲ ਜੱਚ ਗਈ ਵੀ ਦੋਵਾਂ ਦੀ ਆਪਸ ਵਿੱਚ ਲਿਹਾਜ਼ ਪੈ ਗਈ ਹੈ, ਮਾਰਨਗੇ ਜਿਵੇਂ ਸਾਰੀ ਇਹ ਤਿਆਰੀ। ਹੁਣ ਤਾਂ ਇੱਕ ਹੀ ਗੱਲ ਹੈ ਵੀ ਜਾਂ ਤਾਂ ਇਹ ਸੀਟ ਛੱਡ ਦੇਣ ਮਨਪ੍ਰੀਤ ਵਾਸਤੇ, ਤੇ ਜਾਂ ਫਿਰ ਆਪ ਲੜਨ ਜੇ ਲੋਕਾਂ ਦੀ ਇਹ ਧਾਰਨਾ ਤੋੜਨੀ ਹੈ ਤਾਂ। ਸੋ ਇੰਟਰਸਟਿੰਗ ਮੈਚ ਇਹ ਹੋਏਗਾ। ਮੇਰੀ ਸਲਾਹ ਦੋਨਾਂ ਨੂੰ ਇਹ ਹੈ ਕਿ ਮਨਪ੍ਰੀਤ ਸਿੰਘ ਬਾਦਲ ਚੁਣਾਵ ਲੜਨ। ਦੇਖੋ ਕਲਕੱਤਿਓ ਜਾ ਕੇ ਉਹਨੂੰ ਮਮਤਾ ਬੈਨਰਜੀ ਨੂੰ ਕਿਹਾ ਵੀ ਚੁਣਾਵ ਲੜ ਉੱਥੇ, ਉਹ ਜਾ ਕੇ ਲੜੀ, ਹਾਰ ਗਈ, ਬਟ ਨਾਓ ਸ਼ੀ ਇਜ਼ ਅ ਚੀਫ ਮਿਨਿਸਟਰ। ਜਿਤਨਾ ਹਾਰਨੇ ਦੀ ਗੱਲ ਪੰਕਜ ਕੋਈ ਨਹੀਂ ਹੁੰਦੀ, ਗੱਲ ਹੁੰਦੀ ਹੈ ਕਿ ਇੰਟਰਸਟਿੰਗ ਮੈਚ ਦੀ ਕੀ ਅੜਿਆ। ਸੋ ਇਹ ਹੁਣ ਮਨਪ੍ਰੀਤ ਲੜੇ, ਸੁਖਬੀਰ ਜੀ ਲੜਨ, ਇਹ ਫਿਰ ਇੰਟਰਸਟਿੰਗ ਮੈਚ ਬਣੇਗਾ। ਵੈਸੇ ਵੀ ਜਿੱਥੇ ਰਾਜਾ ਵੜਿੰਗ ਹੁੰਦਾ ਉੱਥੇ ਇੰਟਰਸਟਿੰਗ ਮੈਚ ਬਾਈ ਚਾਂਸ ਹੀ ਬਣ ਜਾਂਦਾ। ਲਾਸਟ ਸਵਾਲ ਇਹ ਹੈਗਾ ਲਾਸਟ ਸਵਾਲ, ਕਿਉਂਕਿ ਇਹ ਸੀਟ ਅਕਾਲੀ ਦਲ ਦੀ ਰਹੀ, ਕਾਂਗਰਸ ਨੇ ਤੁਹਾਡੇ ਆਉਣ ਤੋਂ ਬਾਅਦ ਇਹ ਕਬਜ਼ਾ ਕਰ ਲਿਆ ਇਸ ਸੀਟ ਦੇ ਉੱਤੇ, ਹੁਣ ਤੁਸੀਂ ਲੁਧਿਆਣੇ ਚਲੇ ਗਏ। ਚਰਚਾ ਤੁਹਾਡੇ ਵਰਕਰ, ਜੋ ਸਾਡੇ ਕੋਲ ਰਿਪੋਰਟਾਂ ਆਉਂਦੀਆਂ ਕਿ ਅਮ੍ਰਿਤਾ ਵੜਿੰਗ ਨੂੰ ਮੈਦਾਨ ਦੇ ਵਿੱਚ ਉਤਾਰੋ, ਉਹ ਸਭ ਤੋਂ ਜ਼ਿਆਦਾ ਐਕਟਿਵ ਨੇ। ਸਾਨੂੰ ਲੱਗਦਾ ਹੈ ਕਿ ਰਾਜਾ ਵੜਿੰਗ ਦਾ ਚਿਹਰਾ ਵੀ ਉਹੀ ਨੇ, ਦਿਲ ਦੀ ਧੜਕਣ ਵੀ ਉਹੀ ਨੇ, ਤਾਂ ਮੈਦਾਨ ਦੇ ਵਿੱਚ ਉਤਾਰਿਆ ਜਾਵੇ, ਉਹ ਵੀ ਹੁਣ ਫਰੰਟ ਫੁੱਟ ਤੇ ਆਉਣ। ਪਹਿਲਾਂ ਵੀ ਉਹਨਾਂ ਨੇ ਬਠਿੰਡਾ ਦੀ ਸੀਟ ਤੁਹਾਡੀ ਵਜ੍ਹਾ ਕਰਕੇ, ਤੁਹਾਡੀ ਪ੍ਰਧਾਨਗੀ ਦੀ ਵਜ੍ਹਾ ਕਰਕੇ ਗੁਆਈ ਆ, ਤੁਸੀਂ ਕੋਸ਼ਿਸ਼ ਕਰੋ ਕਿ ਅਮ੍ਰਿਤਾ ਆਣ ਮੈਦਾਨ ਦੇ ਵਿੱਚ। ਸੋ ਦੇਖੋ ਇਹ ਤਾਂ ਫੈਸਲਾ ਰਾਹੁਲ ਗਾਂਧੀ ਔਰ ਖਰਗੇ ਸਾਹਿਬ ਨੇ ਕਰਨਾ, ਉਹਨਾਂ ਨੇ ਤੁਸੀਂ ਤੁਹਾਡਾ ਪਰ ਮੈਂ ਹਮੇਸ਼ਾ ਇੰਟਰਸਟਿੰਗ ਮੈਚ ਖੇਡੇ ਜ਼ਿੰਦਗੀ ਦੇ। ਮੈਂ ਕਦੇ ਜਿਹੜੇ ਜਿਨ੍ਹਾਂ ਡਿਸਇੰਟਰਸਟ ਹੋਵੇ ਉਹ ਕਦੇ ਮੈਚ ਮੈਂ ਖੇਡਿਆ ਨਹੀਂ ਪੰਕਜ। ਸੋ ਮੈਂ ਇਹ ਚਾਹੁੰਦਾ ਕਿ ਜੇ ਇੰਟਰਸਟਿੰਗ ਮੈਚ ਬਣਿਆ
ਤੇ ਅਸੀਂ ਜ਼ਰੂਰ ਖੇਡਾਂਗੇ ਜੇ ਇੰਟਰਸਟਿੰਗ ਮੈਚ ਬਣੇ। ਫਿਰ ਇੰਟਰਸਟਿੰਗ ਮੈਚ ਤੇ ਅਮ੍ਰਿਤਾ ਵੜਿੰਗ ਦੀ ਐਂਟਰੀ, ਮੈਂ ਕਿਹਾ ਕਿ ਹਾਟ ਇੰਟਰਸਟਿੰਗ, ਲੋਕ ਆਖਣ ਕਿ ਫਲਾਂ ਕੀ ਹੋ ਰਿਹਾ, ਇਟਸ ਨਾਟ ਅਬਾਊਟ ਜਿੱਤਣਾ ਕੀ ਨੇ ਹਾਰਨਾ ਕਿਤੇ, ਪਰ ਮੈਨੂੰ ਆਦਤ ਇੰਟਰਸਟਿੰਗ ਚੀਜ਼ਾਂ ਕਰਨ ਦੀ ਹੈ, ਇੰਟਰਸਟਿੰਗ ਮੈਚ ਖੇਡਣ ਦੀ, ਜਿੱਥੇ ਲੋਅਰ ਜੰਬਾਵੇ ਦਾ ਤੇ ਫਰਾਂਸ ਦਾ ਇਧਰ ਉਧਰ ਹੋਰ ਕਿਸੇ ਦਾ ਮੈਚ ਹੋਵੇ ਕੋਈ ਨੀ ਵੇਖਦਾ, ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਲੜ ਰਿਹਾ ਉਹਨੂੰ ਫਿਰ ਸਾਰੀ ਦੁਨੀਆ ਵੇਖਦੀ ਹੈ ਭਾਵੇਂ ਫੈਸਲਾ ਕੁਝ ਹੋਵੇ। ਲੇਕਿਨ ਅਮ੍ਰਿਤਾ ਵੜਿੰਗ, ਸੁਖਬੀਰ ਸਿੰਘ ਬਾਦਲ, ਮਨਪ੍ਰੀਤ ਬਾਦਲ, ਡਿੰਪੀ ਢਿੱਲੋਂ ਸਰਕਾਰ ਦੇ ਨਾਲ ਮੁਕਾਬਲਾ ਕਰ ਸਕਣਗੇ? ਤੁਹਾਨੂੰ ਲੱਗਦਾ ਫਾਈਟ ਉਹ ਟੱਕਰ ਦੇਣਗੇ? ਯਾਰ ਗੱਲ ਸੁਣ, ਗੱਲ ਸੁਣ, ਪਹਿਲਾਂ ਮਨਪ੍ਰੀਤ ਬਾਦਲ ਹੀ ਹਰਾਇਆ ਨਾ ਜ਼ਿੰਦਗੀ ਦੌਰੀ ਦਾ ਪਹਿਲਾ ਇਲੈਕਸ਼ਨ, ਬਠਿੰਡਾ ਹਰਾਇਆ, ਤੇ ਚੱਕਰਵਿਊ ਤਾਂ ਮੈਂ ਕਮਾਤਾ ਸੀਗਾ ਹਰਸਿਮਰਤ ਜੀ ਦਾ ਵੀ ਜਿਹੜਾ ਕੰਮ ਸੀਗਾ ਉਹ, ਜੇ ਮਨਪ੍ਰੀਤ ਬਾਦਲ 2019 ਚ ਫਾਈਨਾਂਸ ਮਿਨਿਸਟਰ ਹੁੰਦੇ ਉਹਨਾਂ ਨਾਲ ਰਲ ਕੇ ਧੋਖਾ ਦੇ ਦਿੱਤਾ, ਉਹਨਾਂ ਨੂੰ ਵੀ ਪਤਾ ਹੈ, ਇਹ ਉਹਨਾਂ ਨੂੰ ਵੀ ਪਤਾ, ਮਾਨ ਸਾਹਿਬ ਨੂੰ ਪਤਾ ਵੀ ਜਿਹੜਾ ਦਮ ਲੱਗਿਆ ਖੜਾ ਇਧਰੋਂ ਉਧਰੋਂ ਉਧਰੋਂ। ਮੈਂ ਤੁਹਾਨੂੰ ਕਿਹਾ ਇੰਟਰਸਟਿੰਗ ਮੈਚ ਲੜਨ, ਮੇਰੇ ਬਾਰੇ ਮੈਨੂੰ ਪਤਾ ਅਕਾਲੀ ਦਲ ਕੀ ਸੋਚਦਾ, ਕੀ ਕਹਿੰਦਾ ਜਾਂ ਕੀ ਕਹਿੰਦਾ, ਜੇ ਇੰਟਰਸਟਿੰਗ ਮੈਚ ਹੋਇਆ ਰਾਜਾ ਵੜਿੰਗ ਜ਼ਰੂਰ ਖੇਡੂਗਾ ਇੰਟਰਸਟਿੰਗ ਮੈਚ, ਇੰਟਰਸਟਿੰਗ ਮੈਚ, ਸੁਖਬੀਰ ਸਿੰਘ ਬਾਦਲ ਚੁਣਾਵ ਲੜਨ, ਮਨਪ੍ਰੀਤ ਬਾਦਲ ਚੁਣਾਵ ਲੜਨ, ਇੰਟਰਸਟਿੰਗ ਮੈਚ ਹੋਵੇ।